ਡਿਸਟ੍ਰੀਬਿਊਸ਼ਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਫੈਡਰੇਸ਼ਨ ਆਫ ਆਲ ਇੰਡੀਆ ਡਿਸਟ੍ਰੀਬਿਊਸ਼ਨ ਐਸੋਸੀਏਸ਼ਨ ਦੀ ਪਹਿਲੀ ਸਾਲਾਨਾ ਵਰੇਗੰਢ ਸਥਾਨਕ ਹੋਟਲ ਵਿਖੇ ਮਨਾਈ ਗਈ, ਜਿਸ ਵਿੱਚ ਮੁੱਖ ਤੌਰ ਤੇ ਵਿਧਾਇਕ ਓਮ ਪ੍ਰਕਾਸ਼ ਸੋਨੀ ਪਹੁੰਚੇ। ਇਸ ਮੌਕੇ ਪੂਰੇ ਭਾਰਤ ਤੋਂ ਆਏ ਹੋਏ ਡੀਲਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਐਸੋਸੀਏਸ਼ਨ ਦੀ ਵਰੇਗੰਢ ਮੌਕੇ ਡੀਲਰਾਂ ਨੂੰ GST ਲੱਗਣ ਸੰਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਚਰਚਾ ਵੀ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਅੰਮ੍ਰਿਤਸਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਕਪੂਰ ਨੇ ਦੱਸਿਆ ਕਿ ਇੰਡੀਆ ਡਿਸਟ੍ਰੀਬਿਊਸ਼ਨ ਐਸੋਸੀਏਸ਼ਨ ਦੀ ਪਹਿਲੀ ਵਰੇਗੰਢ ਮਨਾਉਣ ਲਈ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਡੀਲਰ ਇਕੱਠੇ ਹੋਏ ਹਨ। ਉਹਨਾਂ ਨੇ ਆਖਿਆ ਕਿ ਡੀਲਰਾਂ ਦੀ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਵਿਧਾਇਕ ਓਮ ਪ੍ਰਕਾਸ਼ ਸੋਨੀ ਨੂੰ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਇਸ ਮੁਸ਼ਕਲ ਸੰਬੰਧੀ ਕੋਈ ਠੋਸ ਹੱਲ ਲੱਭਣ ਦੀ ਮੰਗ ਵੀ ਕੀਤੀ ਹੈ। ਇਸ ਮੌਕੇ ਤੇ ਇੰਡੀਆ ਡਿਸਟ੍ਰੀਬਿਊਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨਾ ਨੇ ਡੀਲਰ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ ਅਤੇ ਆਪਣੇ ਕੰਮਾਂ ਵਿੱਚ GST ਲੱਗਣ ਨਾਲ ਪੈ ਰਹੇ ਘਾਟੇ ਸੰਬੰਧੀ ਜਾਗਰੂਕ ਵੀ ਕੀਤਾ। ਮੇਰਾ ਨਾਮ ਅਨਿਲ ਕਪੂਰ ਹੈ, ਮੈਂ ਪੰਜਾਬ ਅੰਮ੍ਰਿਤਸਰ ਡਿਸਟ੍ਰੀਬਿਊਟਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹਾਂ। ਅੱਜ ਦੀ ਇਹ ਮੀਟਿੰਗ ਜਿਹੜੀ ਹੈ ਪੰਜਾਬ ਡਿਸਟ੍ਰੀਬਿਊਟਰ ਐਸੋਸੀਏਸ਼ਨ ਨੇ ਔਰਗਨਾਈਜ਼ ਕੀਤੀ ਹੈ ਔਰ ਫੈਡਰੇਸ਼ਨ ਆਫ ਆਲ ਇੰਡੀਆ ਡਿਸਟ੍ਰੀਬਿਊਟਰਸ ਨੂੰ ਇੱਥੇ ਇਨਵਾਈਟ ਕੀਤਾ। ਉਹਨਾਂ ਦੀ ਇਹ ਪਹਿਲੀ ਸਾਲਗਿਰਾ ਸੀ ਫੈਡਾ ਦੀ, ਫੈਡਰੇਸ਼ਨ ਆਫ ਆਲ ਇੰਡੀਆ ਡਿਸਟ੍ਰੀਬਿਊਟਰਸ ਦੀ ਇਹ ਪਹਿਲੀ ਸਾਲਗਿਰਾ ਸੀ। ਅਸੀਂ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਗੁਰੂ ਰਾਮਦਾਸ ਦੀ ਪਵਿੱਤਰ ਨਗਰੀ ਹੈ ਉੱਥੇ ਸਾਰੇ ਹਿੰਦੁਸਤਾਨ ਤੋਂ 20 ਸਟੇਟਾਂ ਤੋਂ ਘੱਟ ਤੋਂ ਘੱਟ ਡੈਲੀਗੇਟਸ ਆਏ ਨੇ ਇੱਥੇ ਡਿਸਟ੍ਰੀਬਿਊਟਰਾਂ ਦੇ, ਔਰ ਪੰਜਾਬ ਦੇ ਜਨਰਲ ਸੈਕਟਰੀ ਔਰ ਪ੍ਰੈਜ਼ੀਡੈਂਟ ਆਏ ਨੇ, ਅੰਮ੍ਰਿਤਸਰ ਦੇ ਵੀ ਮੇਨ ਮੈਂਬਰਸ ਆਏ ਨੇ, ਔਰ ਸਾਰਿਆਂ ਨੂੰ ਮਿਲਾ ਕੇ ਜੋ ਵੀ ਸਾਨੂੰ ਵਪਾਰ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਭਾਵੇਂ ਉਹ ਕੰਪਨੀਜ਼ ਵੱਲੋਂ ਹੈ ਭਾਵੇਂ ਗਵਰਨਮੈਂਟ ਵੱਲੋਂ ਹੈ, ਉਹਦੇ ਉੱਤੇ ਇੱਕ ਹੈ ਪੂਰੀ ਵਰਕਸ਼ਾਪ ਹੈ ਲਗਾਈ ਗਈ ਹੈ ਔਰ ਉਹਦੇ ਵਿੱਚ ਸਾਡੇ ਸੋਨੀ ਸਾਹਿਬ ਹਰਮਨ ਪਿਆਰੇ ਨੇਤਾ ਉਹ ਇੱਥੇ ਉਹਨਾਂ ਨੇ ਆਪਣਾ ਆਸ਼ੀਰਵਾਦ ਦਿੱਤਾ ਹੈ ਅਤੇ ਕਾਫੀ ਸਮੱਸਿਆਵਾਂ ਨੂੰ ਜਿਹੜੀਆਂ ਪੰਜਾਬ ਲੈਵਲ 'ਤੇ ਹੈ ਉਹਨਾਂ ਨੂੰ ਹੱਲ ਕਰਾਉਣ ਦਾ ਆਸ਼ਵਾਸਨ ਵੀ ਦਿੱਤਾ ਹੈ ਅਤੇ ਅਸੀਂ ਉਹਨਾਂ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਅਤੇ ਸਾਰੇ ਆਏ ਹੋਏ ਮੇਰੇ ਭਰਾਵਾਂ ਦਾ, ਦੋਸਤਾਂ ਦਾ, ਪ੍ਰੈਸ ਦਾ ਮੈਂ ਤੇ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਹਾਂ। ਜੈ ਹਿੰਦ।